ਹੁਣ ਪਹੁੰਚ ਚੁੱਕਾ ਹੈ ਕਪੂਰਥਲਾ, ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਹੈ, ਜਿੱਥੋਂ ਹੁਣ ਮੌਜੂਦਾ ਐਮ ਪੀ ਰਣਜੀਤ ਸਿੰਘ ਬ੍ਰਹਮਪੁਰਾ ਨੇ, ਜਿਨ੍ਹਾਂ ਵੱਲੋਂ ਪਿੱਛੇ ਆਪਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਪਾਰਟੀਆਂ ਵੱਲੋਂ ਇਸ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਐਲਾਨ ਹੋ ਗਏ ਨੇ, ਉਮੀਦਵਾਰ ਐਲਾਨੇ ਜਾ ਚੁੱਕੇ ਨੇ, ਪਰ ਕੁਝ ਪਾਰਟੀਆਂ ਦੇ ਵਿੱਚ ਹੁਣ ਵੀ ਸਿੰਘ ਫਸੇ ਹੋਏ ਨੇ। ਇੱਥੋਂ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਟ੍ਰੇਨ ਦੇ ਵਿੱਚ। ਕਪੂਰਥਲਾ ਸਟੇਸ਼ਨ ਤੋਂ ਕੁਝ ਲੋਕ ਟ੍ਰੇਨ ਦੇ ਵਿੱਚ ਸਵਾਰ ਹੋਏ ਨੇ। ਕਪੂਰਥਲਾ ਸੀਟ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਹੈਗੀ ਹੈ, ਅਤੇ ਮੌਜੂਦਾ ਜਿਹੜੇ ਸਾਂਸਦ ਨੇ ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ, ਲੋਕਾਂ ਨਾਲ ਗੱਲਬਾਤ ਕਰਦੇ ਹਾਂ ਕੀ ਕੁਝ ਉਹਨਾਂ ਦੀ ਥਿੰਕਿੰਗ ਹੈ ਕਿ ਹੁਣ ਲੋਕ ਸਭਾ ਚੋਣਾਂ ਆ ਰਹੀਆਂ ਨੇ, ਕਿਸ ਤਰ੍ਹਾਂ ਦਾ ਇਹਨਾਂ ਨੂੰ ਸਾਂਸਦ ਚਾਹੀਦਾ, ਕਿਵੇਂ ਦੇਖਦੇ ਹੋ ਜੀ ਚੋਣਾਂ ਆ ਗਈਆਂ ਹੁਣ? ਚੋਣਾਂ ਤਾਂ ਆ ਗਈਆਂ ਹੀ, ਅਤੇ ਚੋਣਾਂ ਜੋ ਜ਼ਿਮੀਂਦਾਰਾਂ ਦਾ ਹਾਲਾਤ ਹੋਇਆ, ਨੌਜਵਾਨ ਜਿਹੜੇ ਰੁੜ ਰਹੇ ਆ, ਨਸ਼ਿਆਂ ਨੇ ਬਹੁਤ ਬੁਰਾ ਹਾਲ ਕੀਤਾ ਨੌਜਵਾਨਾਂ ਦਾ, ਇਹਦੇ ਤੋਂ ਮੁਕਤੀ ਚਾਹੁੰਦੇ ਹਾਂ। ਹਜੇ ਤੱਕ ਇਹ ਸਰਕਾਰ ਨੇ ਕਦਮ ਨਹੀਂ ਚੱਕਿਆ, ਨੌਜਵਾਨ ਜਿਹੜੇ ਪੜ੍ਹ ਕੇ ਫਿਰ ਵਿਹਲੇ ਬੈਠੇ ਆ, ਬਾਹਰਾਂ ਨੂੰ ਟੱਕਰਾਂ ਮਾਰਦੇ ਆ, ਕੋਈ ਨੌਕਰੀ ਦਾ ਨਹੀਂ ਇਹਨਾਂ ਦਾ, ਕਿਸੇ ਨੂੰ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ, 20-25 ਲੱਖ ਲਾ ਕੇ ਨੌਜਵਾਨ ਜਿਹੜਾ ਬਾਹਰ ਨੂੰ ਨਿਕਲ ਰਿਹਾ, ਜਾਂ ਇਹ ਸਰਕਾਰਾਂ ਕੋਲ ਕਰਦੀਆਂ ਹੁਣ ਤਾਂ ਨੌਜਵਾਨ ਨੂੰ ਨੌਕਰੀ ਤਾਂ ਮਿਲਣੀ ਚਾਹੀਦੀ ਆ। ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਆ, ਹਰ ਇੱਕ ਫਸਲ ਦਾ ਕੋਈ ਭਾਅ ਨਹੀਂ ਮਿਲ ਰਿਹਾ, ਬਿਜਲੀ ਦਾ ਬੁਰਾ ਹਾਲ ਆ, ਕਿਸੇ ਸਰਕਾਰ ਨੇ ਕੋਈ ਨਹੀਂ ਸੋਚਿਆ ਇਸ ਵਾਰ। ਭਾਅ ਜੀ, ਜੋ ਇੱਥੋਂ ਸਾਂਸਦ ਚੁਣਿਆ ਗਿਆ ਸੀ, ਤੁਸੀਂ ਉਸ ਦੀ ਕਾਰਗੁਜ਼ਾਰੀ ਤੋਂ ਸਹਿਮਤ ਹੋ ਜਾਂ ਨਹੀਂ ਹੋ? ਨਹੀਂ, ਉਹਦੀ ਤੋਂ ਅਸੀਂ ਕੋਈ ਸਹਿਮਤ ਨਹੀਂ। ਹੋਰ ਜੋ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ, ਤੁਸੀਂ ਯੂਥ ਹੋ ਹੈ ਨਾ ਦੇਸ਼ ਦਾ, ਤੁਸੀਂ ਕਿਵੇਂ ਦੇਖਦੇ ਹੋ ਕੀ ਕੁਝ ਮੁੱਦੇ ਨੇ, ਨਵਾਂ ਸਾਂਸਦ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਕੀ ਕੁਝ ਮੁੱਦੇ ਨੇ ਤੁਹਾਡੇ? ਮੁੱਦੇ ਨੌਜਵਾਨਾਂ ਲਈ ਕੰਮ ਕਰਨੇ ਚਾਹੀਦੇ, ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਵਾ, ਜਿਹੜੇ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਜਿਹੜੀ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਆ ਬੇਰੁਜ਼ਗਾਰੀ। ਹਾਂਜੀ, ਤੁਸੀਂ ਕੁਝ ਕਹਿ ਰਹੇ ਸੀਗੇ, ਕੀ ਕੁਝ ਮੁੱਦੇ ਨੇ ਤੁਹਾਡੇ? ਮੁੱਦੇ ਤਾਂ ਭਾਅ ਜੀ ਇਹੋ ਹੀ ਆ ਵੀ ਆਪਣੇ ਬੇਰੁਜ਼ਗਾਰੀ ਜਿਹੜੀ ਬਹੁਤ ਆ, ਅਤੇ ਇਹਨੂੰ ਘਟਾਇਆ ਜਾਵੇ, ਅਤੇ ਬਾਕੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਦੇਸ਼ ਦਾ ਭਵਿੱਖ ਬਸ। ਤਾਂ ਇਹ ਨੌਜਵਾਨ ਹੈ ਜੋ ਸਫ਼ਰ ਕਰ ਰਹੇ ਨੇ ਟ੍ਰੇਨ ਦੇ ਵਿੱਚ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਯੂਥ ਹੈ ਅੱਜ ਦਾ, ਉਹਨਾਂ ਦੇ ਵਿੱਚ ਨੌਕਰੀ ਦੀ ਬਹੁਤ ਵੱਡੀ ਸਮੱਸਿਆ ਹੈ, ਅਤੇ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਹੈ। ਭਾਅ ਜੀ, ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਹੁਣ ਲੋਕ ਸਭਾ ਦਾ ਚੋਣਾਂ ਆ ਗਈਆਂ, ਕਿਸ ਤਰ੍ਹਾਂ ਦਾ ਸਾਂਸਦ ਹੋਣਾ ਚਾਹੀਦਾ ਹੁਣ? ਵਧੀਆ ਫੈਸਿਲਿਟੀ ਪ੍ਰੋਵਾਈਡਸ ਕਰੇ, ਇਸ ਕਿਸਾਨਾਂ ਦਾ ਕਰਜ਼ਾ ਜਿਹੜੇ 2-3 ਕਿੱਲੇ ਵਾਲੇ ਆ ਉਹਨਾਂ ਦਾ ਕਰਜ਼ਾ ਮਾਫ਼ ਕਰੇ, ਬਾਕੀ ਜੋਬ ਦੀ ਬੇਰੁਜ਼ਗਾਰੀ ਤਾਂ ਬਹੁਤ ਹੋ ਗਈ ਆ, ਜੋਬ ਵੀ ਵਧੀਆ ਮਿਲਣੀ ਚਾਹੀਦੀ ਆ, ਬੱਚੇ ਜਿਹੜੇ PhD ਕਰੀ ਫਿਰਦੇ ਪਰ ਉਹਨਾਂ ਨੂੰ ਫੈਸਿਲਿਟੀਜ਼ ਨਹੀਂ ਗੁੱਡ, ਜੋਬ ਬਾਰ ਨਹੀਂ ਵਧੀਆ ਮਿਲਦੀ ਪਈ, ਉਹਨਾਂ ਨੂੰ ਜੋਬਸ ਵਧੀਆ ਮਿਲਣੀ ਚਾਹੀਦੀਆਂ ਵਾ, ਅਤੇ ਬਸ ਨਸ਼ਾ ਵਗੈਰਾ। ਤੁਸੀਂ ਗਰਲਸ ਹੋ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕੋਈ ਗਰਲਸ ਦਾ ਵੀ ਕੋਈ ਮੁੱਦਾ ਹੋ ਸਕਦਾ ਵੂਮੈਨ ਸੇਫਟੀ ਨੂੰ ਲੈ ਕੇ, ਜਾਂ ਕੁਝ ਹੋਰ ਕੁਝ ਕਰਨਾ ਚਾਹੀਦਾ ਹੈ? ਕਰਨਾ ਚਾਹੀਦਾ, ਆਫਕੋਰਸ ਕਰਨਾ ਚਾਹੀਦਾ, ਕਿਉਂਕਿ ਪਹਿਲਾਂ ਨਾਲੋਂ ਤਾਂ ਕਾਫ਼ੀ ਮੁਖੀ ਵਧੀਆ ਵਾ, ਬੈਟਰ ਵਾ ਫੈਸਿਲਿਟੀਜ਼ ਵੂਮੈਨ ਲਈ ਵੀ, ਉਹਨਾਂ ਲਈ ਸੇਫਟੀ ਆ, ਬਟ ਇਹ ਤੋਂ ਵੀ ਵਧੀਆ ਵੂਮੈਨ ਨੂੰ ਫੈਸਿਲਿਟੀ ਮਿਲਣੀ ਚਾਹੀਦੀਆਂ ਵਾ ਕਿ ਉਹਨਾਂ ਨੂੰ ਪੂਰਾ ਅਧਿਕਾਰ ਮਿਲੇ ਮੈਨ ਦੇ ਬਰਾਬਰ, ਬਾਹਰ ਜਾ ਕੇ ਕੰਮ ਕਰਨ ਦਾ ਉਹਨਾਂ ਨੂੰ ਪੂਰੀ ਰਾਈਟ ਮਿਲੇ। ਕੁਝ ਹੋਰ ਸਾਡੇ ਨਾਲ ਲੋਕ ਨੇ, ਭਾਅ ਜੀ ਕਿਵੇਂ ਦੇਖਦੇ ਹੋ? ਤਾਂ ਜਿਹੜਾ ਲੋਕ ਸੀ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਨੇ, ਜੋ ਕਪੂਰਥਲਾ ਤੋਂ ਚੜ੍ਹੇ ਨੇ, ਉਹਨਾਂ ਦਾ ਜੋ ਕਹਿਣਾ ਸੀਗਾ ਕਿ ਸਾਂਸਦ ਜਿਹੜੇ ਇੱਥੋਂ ਦੇ ਚੁਣੇ ਗਏ ਸੀ ਉਹਨਾਂ ਦੀ ਵੀ ਕਾਰਗੁਜ਼ਾਰੀ ਬਹੁਤਾ ਵਧੀਆ ਨਹੀਂ ਰਹੀ, ਅਤੇ ਜ਼ਿਆਦਾਤਰ ਜਿਹੜੇ ਮੁੱਦੇ ਨੇ ਉਹ ਕਿਸਾਨੀ ਕਰਜ਼ਾ ਹੋ ਗਿਆ, ਨੌਜਵਾਨਾਂ ਨੂੰ ਨੌਕਰੀ ਹੋ ਗਿਆ, ਅਤੇ ਹੋਰ ਜਿਹੜਾ ਵੂਮੈਨ ਸੇਫਟੀ ਨੂੰ ਲੈ ਕੇ ਇਹਨਾਂ ਦੇ ਮੁੱਦੇ ਨੇ।